ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 13 ਵਿੱਚ ਅੱਜ ਆਪਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮਿਹਰਬਾਨ ਨੂੰ ਮੇਲ ਹਿੱਤ ਸਮਝਾਉਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਜਹਾਂਗੀਰ ਬਾਦਸ਼ਾਹ ਕਸ਼ਮੀਰ ਚਲੇ ਗਿਆ। ਸਤਿਗੁਰੂ ਜੀ ਨੇ ਲਾਹੌਰ ਵਿੱਚ ਹੀ ਵਾਸਾ ਕਰ ਲਿਆ। ਬਹੁਤ ਸੰਗਤ ਦਰਸ਼ਨ ਨੂੰ ਆਉਂਦੀ ਸੀ, ਇੱਕ ਆਉਂਦਾ ਸੀ ਇੱਕ ਜਾਂਦਾ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਕਿ ਮਿਹਰਬਾਨ ਲਾਹੌਰ ਵਿੱਚ ਆਇਆ ਹੋਇਆ ਹੈ। ਇੱਥੇ ਆਏ ਨੂੰ ਕਈ ਦਿਨ ਬੀਤ ਗਏ ਹਨ। ਪਿਤਾ ਪ੍ਰਿਥੀ ਚੰਦ ਵਾਂਗ ਹੀ ਉਸਨੇ ਵੈਰ ਧਾਰਨ ਕੀਤਾ ਹੋਇਆ ਹੈ। ਗੁਰੂ ਜੀ ਨੇ ਹਿਰਦੇ ਵਿੱਚ ਵਿਚਾਰਿਆ, ਤੁਰਕਾਂ ਪਾਸ ਜਾ ਕੇ ਸਾਡੇ ਨਾਲ ਝਗੜੇ ਬਾਰੇ ਪੁਕਾਰ ਕਰਦਾ ਹੈ, ਪਰ ਜਿਸ ਨੂੰ ਉਹ ਮੱਥਾ ਟੇਕਣਾ ਚਾਹੁੰਦੇ ਹਨ ਉਹਨਾਂ ਦੇ ਪਾਸ ਜਾ ਕੇ ਸਾਡੇ ਬਾਰੇ ਕੀ ਨਿਆਂ ਪ੍ਰਾਪਤ ਕਰ ਲਵੇਗਾ। ਗੁਰਗੱਦੀ ਦੇ ਅੱਗੇ ਤਾਂ ਇੰਦਰ ਵਰਗੇ ਵੀ ਨਮਸਕਾਰ ਕਰਦੇ ਹਨ। ਝਗੜਾ ਕਰਨਾ ਚੰਗੀ ਗੱਲ ਨਹੀਂ ਹੈ। ਜਾਂ ਤਾਂ ਸੁੱਖ ਪਾ ਕੇ ਮਿਲ ਪਵੇ, ਆਪਣੇ ਆਪਣੇ ਸਥਾਨ 'ਤੇ ਪ੍ਰਸੰਨ ਰਹੀਏ। ਇਸ ਤਰ੍ਹਾਂ ਵਿਚਾਰ ਕਰਕੇ ਭਾਈ ਪੈੜਾ ਜੀ ਅਤੇ ਭਾਈ ਪਿਰਾਨਾ ਜੀ ਨੂੰ ਉਸਦੇ ਪਾਸ ਭੇਜਿਆ। ਉਹਨਾਂ ਨੂੰ ਕਿਹਾ, ਉਸ ਪਾਸੋਂ ਮੇਲ ਮਿਲਾਪ ਦੀ ਗੱਲ ਪੁੱਛੋ ਅਤੇ ਕਹੋ ਕਿਉਂ ਫਜ਼ੂਲ ਵਿੱਚ ਝਗੜਾ ਪ੍ਰਗਟ ਕਰ ਰਹੇ ਹੋ। ਇਹ ਸੁਣ ਕੇ ਦੋਵੇਂ ਚੱਲ ਕੇ ਗਏ। ਉਸਦਾ ਡੇਰਾ ਲੱਭ ਕੇ ਉਸਦੇ ਪਾਸ ਚਲੇ ਗਏ, ਕੋਲ ਬਹਿ ਕੇ ਪ੍ਰਸੰਗ ਚਲਾਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਭੇਜਿਆ ਹੈ, ਵੈਰ ਭਾਵਨਾ ਨੂੰ ਛੱਡਣਾ ਚਾਹੁੰਦੇ ਹਨ। ਜਿਹੜੇ ਸਾਡੇ ਵੱਡੇ ਵੈਰ ਰੱਖਦੇ ਸਨ ਉਹ ਪ੍ਰਲੋਕ ਚਲੇ ਗਏ ਹਨ। ਬਾਅਦ ਵਿੱਚ ਕੁਝ ਵੀ ਹਾਸਲ ਨਹੀਂ ਹੋਣਾ ਹੈ ਜਸ ਨੂੰ ਗਵਾ ਕੇ ਪੁਕਾਰ ਕਰਦੇ ਫਿਰਦੇ ਹੋ। ਅਸੀਂ ਤੁਸੀਂ ਮਿਲ ਕੇ ਹੁਣ ਇੱਕ ਹੋ ਜਾਈਏ, ਸਭ ਕੋਈ ਇਸ ਨੂੰ ਚੰਗਾ ਜਾਣੇਗਾ। ਮਿਹਰਬਾਨ ਸੁਣ ਕੇ ਬੜੇ ਗੁੱਸੇ ਵਿੱਚ ਆ ਗਿਆ, ਬੜੇ ਈਰਖਾ ਭਰੇ ਕਠੋਰ ਲਫ਼ਜ਼ ਕਹੇ। ਜਿਵੇਂ ਉਹਨਾਂ ਦੇ ਪਿਤਾ ਜੀ ਪਹਿਲਾਂ ਛਲ ਕਰਦੇ ਰਹੇ ਹਨ, ਉਸੇ ਢੰਗ ਨਾਲ ਹੁਣ ਪੁੱਤ ਲੱਗ ਗਿਆ ਹੈ। ਮਿੱਠੀਆਂ ਗੱਲਾਂ ਕਰ ਕਰਕੇ ਭਰਮਾਉਂਦੇ ਸੀ, ਦਾ ਲਾ ਕੇ ਸਭ ਕੁਝ ਖੋ ਲਿਆ ਹੈ। ਬਾਦਸ਼ਾਹ ਨੇ ਇੱਕ ਪਿੰਡ ਰਹਿਣ ਵਾਸਤੇ ਦਿੱਤਾ ਸੀ, ਉੱਥੇ ਜਿਵੇਂ ਕਿਵੇਂ ਦਿਨ ਗੁਜ਼ਾਰੇ ਹਨ। ਜਿਸ ਦਿਨ ਸਾਡਾ ਨਿਆਂ ਹੋਵੇਗਾ ਮੈਂ ਮੁੱਢ ਤੋਂ ਲੈ ਕੇ ਸਾਰਾ ਧਨ ਲਵਾਂਗਾ। ਸ਼ਸਤਰ ਧਾਰਨ ਕਰਕੇ ਹੁਣ ਯੋਧਾ ਬਣ ਗਏ ਹਨ, ਸਾਡੇ ਕ੍ਰੋਧ ਨੂੰ ਹੁਣ ਕੌਣ ਜਾਣੇਗਾ। ਅਸੀਂ ਵੀ ਜਦ ਆਪਣੇ ਹੱਥ ਵਿੱਚ ਹਥਿਆਰ ਫੜ ਲਵਾਂਗੇ ਫਿਰ ਸ਼ਸਤਰਾਂ ਨਾਲ ਹੀ ਇੱਕ ਦੂਸਰੇ ਦਾ ਮੇਲ ਹੋਵੇਗਾ। ਅੰਤ ਸਮੇਂ ਮੇਰੇ ਪਿਤਾ ਜੀ ਨੇ ਮੈਨੂੰ ਉਪਦੇਸ਼ ਕੀਤਾ ਸੀ ਕਿ ਵਿਸ਼ੇਸ਼ ਈਰਖਾ ਕਰਕੇ ਬਦਲਾ ਲੈਣਾ। ਉਹਨਾਂ ਨੇ ਥੋੜ੍ਹਾ ਕਿਹਾ ਸੀ ਪਰ ਮੈਂ ਵਿਸ਼ਾਲ ਵੈਰ ਧਾਰਨ ਕਰਾਂਗਾ। ਕਿਹੜੀਆਂ ਗੱਲਾਂ ਨਾਲ ਹੁਣ ਮੈਂ ਮੇਲ ਕਰਾਂ? ਇਹ ਸੁਣ ਕੇ ਭਾਈ ਪੈੜਾ ਜੀ ਨੇ ਫਿਰ ਬਚਨ ਕੀਤਾ, ਮਨ ਵਿੱਚ ਇੰਨਾ ਵੱਡਾ ਕ੍ਰੋਧ ਨਾ ਕਰੋ। ਜੋ ਸਰੂਪ ਵਿਸ਼ਨੂੰ ਜੀ, ਰਾਮ ਜੀ, ਨਰਸਿੰਘ ਜੀ ਅਤੇ ਗੋਬਿੰਦ ਜੀ ਦਾ ਹੈ, ਸੋਈ ਸਰੂਪ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਹੈ, ਜਿਹੜੇ ਸਾਰੇ ਜਗਤ ਨੂੰ ਲੈ ਕੇ ਸ਼ੇਸ਼ਨਾਗ ਦੀ ਸੇਜ 'ਤੇ ਸੌਣ ਦੇ ਯੋਗ ਹਨ। ਮੱਧ ਕੈਟਬ ਨੂੰ ਮਾਰਨ ਵਾਲਾ ਜਿਨ੍ਹਾਂ ਦਾ ਰੂਪ ਹੈ ਉਹ ਸ਼੍ਰੀ ਹਰਗੋਬਿੰਦ ਜੀ ਅਨੁਪਮ ਹਨ, ਜਿਹੜੇ ਸੱਤ ਚੇਤਨ ਆਨੰਦ ਪ੍ਰਕਾਸ਼ ਰੂਪ ਹਨ, ਜਿਹੜੇ ਆਕਾਸ਼ ਵਾਂਗ ਸਭ ਵਿੱਚ ਵਿਆਪਕ ਹਨ। ਉਸ ਨਿਰਾਕਾਰ ਨੇ ਆਕਾਰ ਧਾਰਨ ਕੀਤਾ ਹੈ, ਉਹ ਸ਼੍ਰੀ ਗੁਰੂ ਹਰਗੋਬਿੰਦ ਜੀ ਉੱਤਮ ਸਰੂਪ ਹਨ, ਜਿਸ ਦਾ ਜੋਗੀ ਲੋਕ ਧਿਆਨ ਧਾਰਨ ਕਰਦੇ ਹਨ, ਜਿਸ ਦੀ ਦਿੱਤੀ ਦਾਤ ਨੂੰ ਸਾਰੇ ਭੋਗਦੇ ਹਨ। ਸ਼ੇਸ਼ਨਾਗ, ਗਣੇਸ਼ ਜੀ, ਸੂਰਜ ਅਤੇ ਸ਼ਿਵ ਜੀ ਜਿਸ ਦੇ ਨਾਮ ਦਾ ਸਦਾ ਹੀ ਸਿਮਰਨ ਕਰਦੇ ਹਨ, ਉਹ ਸਰੂਪ ਗੁਰੂ ਜੀ ਦਾ ਵਿਚਾਰੋ। ਹੁਣ ਈਰਖਾ ਨੂੰ ਛੱਡੋ ਅਤੇ ਉਹਨਾਂ ਦੇ ਪਾਸ ਜਾਓ। ਗੁਰੂ ਜੀ ਦੀ ਇਸ ਤਰ੍ਹਾਂ ਪ੍ਰਸੰਸਾ ਸੁਣ ਕੇ ਮਿਹਰਬਾਨ ਜਰ ਨਾ ਸਕਿਆ ਅਤੇ ਸੜ ਬਲ ਗਿਆ। ਔਗਣ ਲੱਭ ਲੱਭ ਕੇ ਕਹਿਣ ਲੱਗਾ, ਸਾਰੇ ਜੱਗ ਵਿੱਚ ਤੁਹਾਡਾ ਗੁਰੂ ਹੀ ਮੌਜੂਦ ਹੈ। ਪਹਿਲਾਂ ਇਹਨਾਂ ਦੇ ਪਿਤਾ ਜੀ ਸੁਲਹੀ ਪਾਸੋਂ ਡਰ ਗਏ ਅਤੇ ਅੰਮ੍ਰਿਤਸਰ ਨੂੰ ਛੱਡ ਕੇ ਲਾਗਲੇ ਪਿੰਡ ਵਿੱਚ ਚਲੇ ਗਏ ਸਨ।
ਉੱਥੇ ਇਹਨਾਂ ਦਾ ਜਨਮ ਹੋਇਆ। ਜਿਸ ਨੂੰ ਤੁਸੀਂ ਹੁਣ ਵੱਡਾ ਯੋਧਾ ਕਹਿੰਦੇ ਹੋ, ਉਹ ਆਪਣੇ ਪਿਤਾ ਜੀ ਵਾਲੀ ਗੱਲ 'ਤੇ ਕਿਉਂ ਵਿਚਾਰ ਨਹੀਂ ਕਰਦੇ? ਛਲ ਕਰਕੇ ਮੇਰੇ ਪਿਤਾ ਜੀ ਨਾਲ ਮਿਲ ਗਏ ਅਤੇ ਦੁਬਾਰਾ ਆ ਕੇ ਅੰਮ੍ਰਿਤਸਰ ਵਿੱਚ ਆਪਣੇ ਘਰ ਵੱਸ ਗਏ। ਵੱਸਦਿਆਂ ਵੱਸਦਿਆਂ ਆਪਣੀ ਤਾਕਤ ਬਣਾਈ, ਸਿੱਖਾਂ ਨੂੰ ਰਿਸ਼ਵਤਾਂ ਦੇ ਕੇ ਅਪਣਾਇਆ। ਸਾਡੇ ਪਿਤਾ ਜੀ ਦਾ ਸੁਭਾਅ ਬੜਾ ਭੋਲਾ ਸੀ, ਉਹ ਕਪਟ ਅਤੇ ਕੂੜ ਦੇ ਜ਼ੋਰ ਨੂੰ ਨਾ ਜਾਣ ਸਕੇ। ਹੋਰ ਕਿੱਥੋਂ ਤੱਕ ਉਹਨਾਂ ਦੀ ਖੋਟ ਬਾਰੇ ਕਹਾਂ। ਅੰਤ ਸਮੇਂ ਦੱਸੋ ਕੀ ਹਾਲਤ ਹੋਈ ਸੀ? ਚੰਦੂ ਨੇ ਉਹਨਾਂ ਨੂੰ ਬਹੁਤ ਸਜ਼ਾਵਾਂ ਦਿੱਤੀਆਂ ਸਨ, ਬਹੁਤ ਦੁੱਖ ਪਾ ਕੇ ਸਰੀਰ ਛੱਡ ਕੇ ਚਲੇ ਗਏ। ਇਹ ਤੁਹਾਡੇ ਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੋ ਗਏ ਸਨ, ਬੜੀ ਮੁਸ਼ਕਲ ਨਾਲ ਨਿਕਲ ਕੇ ਹੁਣ ਆਪਣੇ ਘਰ ਆਏ ਹਨ। ਕਿਤੇ ਵੀ ਕੋਈ ਕਰਾਮਾਤ ਨਹੀਂ ਵਿਖਾਈ ਹੈ, ਕਿਸਮਤ ਨਾਲ ਸਭ ਕੁਝ ਬਣ ਗਿਆ ਹੈ। ਜਿਨ੍ਹਾਂ ਪਾਸ ਸ਼ਕਤੀ ਹੋਵੇ ਉਹ ਕਿਸ ਤਰ੍ਹਾਂ ਕਹਿੰਦੇ ਹਨ, ਇਸ ਜਗਤ ਵਿੱਚ ਆਪਣਾ ਨੀਵਾਂਪਨ ਕਿਵੇਂ ਚਾਹੁੰਦੇ ਹਨ? ਜਿਨ੍ਹਾਂ ਨੂੰ ਹਰੀ ਦਾ ਅਵਤਾਰ ਕਹਿੰਦੇ ਹੋ, ਉਹਨਾਂ ਦਾ ਭੋਜਨ ਖਾ ਕੇ ਉਹਨਾਂ ਦੀ ਵਡਿਆਈ ਕਰਦੇ ਹੋ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰੀਸ ਕਰਨਾ ਚਾਹੁੰਦੇ ਹੋ, ਜੋ ਜਗਤ ਵਿੱਚ ਈਸ਼ਵਰ ਦਾ ਪੂਰਨ ਅਵਤਾਰ ਸਨ। ਇਹ ਸੁਣ ਕੇ ਭਾਈ ਪਿਰਾਨਾ ਜੀ ਨੇ ਕਿਹਾ, ਇੱਕ ਹੀ ਜੋਤ ਛੇਵਾਂ ਗੁਰੂ ਸਰੀਰ ਧਾਰਨ ਕੀਤਾ ਹੈ। ਸਾਡੇ ਗੁਰੂ ਸਾਹਿਬ ਦੀ ਇਹੋ ਵਡਿਆਈ ਹੈ ਕਿ ਕਰਾਮਾਤ ਨਹੀਂ ਵਿਖਾਉਂਦੇ, ਬੇਸ਼ੱਕ ਸਿਰ ਚਲਾ ਜਾਵੇ। ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਹਨ, ਤੁਸੀਂ ਉਹਨਾਂ ਨੂੰ ਅਨੁਪਮ ਮੰਨਦੇ ਹੋ ਕਿ ਨਹੀਂ? ਉਹਨਾਂ ਨੂੰ ਪਿੰਡ ਦੇ ਜੱਟਾਂ ਨੇ ਮਿਲ ਕੇ ਪਿੰਡ ਵਿੱਚੋਂ ਕੱਢ ਦਿੱਤਾ ਸੀ, ਉਹ ਪਿੰਡ ਵਿੱਚੋਂ ਨਿਕਲ ਗਏ ਸੀ, ਪਰ ਉਹਨਾਂ ਨੇ ਕਰਾਮਾਤ ਨਹੀਂ ਸੀ ਵਿਖਾਈ। ਉਸ ਤਰ੍ਹਾਂ ਹੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਛਾਤੀ ਉੱਤੇ ਵੱਜੀ ਲੱਤ ਸਹਿ ਲਈ ਸੀ, ਵੱਡੀ ਬਿਰਧ ਉਮਰ ਹੋਣ ਕਰਕੇ ਕਸ਼ਟ ਪਾਇਆ। ਸ਼੍ਰੀ ਗੋਬਿੰਦਵਾਲ ਛੱਡ ਕੇ ਚਲੇ ਗਏ, ਫਿਰ ਬਾਬਾ ਬੁੱਢਾ ਜੀ ਲੈ ਕੇ ਆਏ। ਜੋ ਤੂੰ ਦੁੱਖ ਸਹਿਣ ਬਾਰੇ ਗੱਲ ਕੀਤੀ ਹੈ, ਸਤਿਗੁਰੂ ਜੀ ਨੇ ਆਪਣੀ ਮਤ ਅਨੁਸਾਰ ਇਹਨਾਂ ਨੂੰ ਗਹਿਣਾ ਜਾਣਿਆ। ਗੁਰੂ ਜੀ ਸਾਗਰ ਵਾਂਗ ਗੰਭੀਰ ਹਨ, ਅਜਿਹੇ ਧੀਰਜਵਾਨ ਦਾ ਕੌਣ ਅਥਾਹ ਪਾ ਸਕਦਾ ਹੈ? ਉਹ ਸੁਮੇਰ ਪਰਬਤ ਵਾਂਗ ਅਚਲ ਹਨ, ਉਹਨਾਂ ਨੂੰ ਕੌਣ ਚਲਾ ਸਕਦਾ ਹੈ? ਜਿਨ੍ਹਾਂ ਦੀ ਗੱਤ ਕੁਝ ਜਾਣੀ ਹੀ ਨਹੀਂ ਜਾ ਸਕਦੀ। ਜਿਸ ਪਾਸ ਬੰਦੂਕ ਦੀ ਕਰਾਮਾਤ ਹੈ, ਉਹ ਜਗਤ ਦੀ ਆਸ ਧਾਰ ਕੇ ਆਪਣੀ ਤਾਕਤ ਨੂੰ ਪ੍ਰਗਟ ਕਰਦੇ ਹਨ। ਹੋਛੇ ਮਨੁੱਖ ਉਸ ਦੀ ਵਡਿਆਈ ਕਰਦੇ ਹਨ, ਪਰ ਵੱਡੇ ਸਮੁੰਦਰ ਦੀ ਸਾਰ ਨਹੀਂ ਪਾਉਂਦੇ। ਹੁਣ ਤੱਕ ਗੁਰੂ ਜੀ ਤੁਹਾਡੀ ਵਡਿਆਈ ਰੱਖਣੀ ਚਾਹੁੰਦੇ ਹਨ, ਤੁਹਾਨੂੰ ਆਪਣਾ ਵੱਡਾ ਭਰਾ ਸਮਝਦੇ ਹਨ, ਉਹਨਾਂ ਦਾ ਕਿਹਾ ਮੰਨੋ ਅਤੇ ਉਹਨਾਂ ਨਾਲ ਮੇਲ ਮਿਲਾਪ ਰੱਖੋ, ਵੈਰ ਗਵਾ ਕੇ ਸੁੱਖ ਅਤੇ ਜਸ ਪਾਓ। ਉਹ ਜਾਣਦੇ ਹਨ ਕਿ ਤੁਸੀਂ ਤੁਰਕ ਅੱਗੇ ਪੁਕਾਰ ਕਰੋਗੇ ਤਾਂ ਇਸ ਨਾਲ ਸਾਡੀ ਛੁਟਿਆਈ ਹੋਵੇਗੀ। ਆਪਣੇ ਵੱਡਿਆਂ ਦੇ ਨਾਵਾਂ ਨੂੰ ਸਭ ਵਿੱਚ ਕਹਿੰਦੇ ਹੋ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਂ ਲੈਂਦੇ ਹੋ। ਇਸ ਤਰ੍ਹਾਂ ਵੇਖ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਉੱਪਰ ਕਹੀ ਵਾਰਤਾ ਜਾਣ ਕੇ ਲੱਜਾ ਅਨੁਭਵ ਕਰਦੇ ਹਨ। ਮਿਹਰਬਾਨ ਗੁੱਸੇ ਵਿੱਚ ਆ ਕੇ ਬੋਲਿਆ, ਉੱਠੋ, ਮੇਰੀਆਂ ਅੱਖਾਂ ਸਾਹਮਣੇ ਕਿਉਂ ਬੈਠੇ ਹੋ? ਜੇ ਆਪਣਾ ਭਲਾ ਚਾਹੁੰਦੇ ਹੋ ਤਾਂ ਉੱਠ ਕੇ ਚਲੇ ਜਾਓ, ਫਜ਼ੂਲ ਵਿੱਚ ਮਾਰ ਕਿਉਂ ਖਾਂਦੇ ਹੋ? ਇਹ ਸੁਣ ਕੇ ਭਾਈ ਪੈੜਾ ਜੀ ਅਤੇ ਪਿਰਾਣਾ ਜੀ ਉੱਠ ਖੜ੍ਹੇ, ਗੁੱਸੇ ਵਿੱਚ ਨਾ ਆਏ ਕਿਉਂਕਿ ਉਹ ਗੁਰੂ ਜੀ ਪਾਸੋਂ ਡਰਦੇ ਸਨ। ਚੱਲ ਕੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਪਾਸ ਆ ਗਏ, ਮਿਹਰਬਾਨ ਦੀ ਸਾਰੀ ਵਿਥਿਆ ਕਹਿ ਕੇ ਸੁਣਾਈ। ਤਦ ਗੁਰੂ ਜੀ ਨੇ ਕਿਹਾ, ਹੁਣ ਅਸੀਂ ਆਪ ਚੱਲਾਂਗੇ, ਪਹਿਲੇ ਬੇਨਤੀ ਕਰਕੇ ਵੇਖੀਏ, ਭਲਾ ਜੇ ਮੰਨ ਜਾਵੇ ਅਤੇ ਮਿਲਣਾ ਸਵੀਕਾਰ ਕਰ ਲਵੇ। ਭਾਈ ਜੇਠਾ ਜੀ ਨੇ ਕਿਹਾ, ਆਪ ਨਾ ਜਾਵੋ, ਮਿਹਰਬਾਨ ਨੂੰ ਪ੍ਰਿਥੀ ਸਮਾਨ ਹੀ ਸਮਝੋ। ਵੱਡੇ ਗੁਰੂ ਸਾਹਿਬ ਨੇ ਬਹੁਤ ਉਪਾਅ ਕੀਤੇ ਸਨ, ਬੇਨਤੀਆਂ ਕਰ ਕਰਕੇ ਭੇਜਦੇ ਰਹੇ ਸਨ, ਉਹ ਹਮੇਸ਼ਾ ਉਲਟ ਹੀ ਸਮਝਦਾ ਰਿਹਾ ਹੈ ਕਿ ਮੈਥੋਂ ਡਰਦੇ ਮਨ ਵਿੱਚ ਨਿਮਰ ਹੁੰਦੇ ਹਨ। ਸੁਲਹੀ ਸਹਿਤ ਸਾਰੇ ਮਰ ਗਏ, ਫਿਰ ਵੀ ਮਨ ਦਾ ਹੱਠ ਨਾ ਛੱਡਿਆ। ਗੁਰੂ ਜੀ ਨੇ ਕਿਹਾ, ਹੇ ਭਾਈ ਜੇਠਾ, ਤੁਸੀਂ ਸੱਚ ਕਹਿੰਦੇ ਹੋ, ਫਿਰ ਵੀ ਇੱਕ ਵਾਰ ਅਸੀਂ ਵੀ ਵੇਖ ਲਈਏ, ਜੇ ਨਹੀਂ ਮੰਨੇਗਾ ਤਾਂ ਮੂਰਖਾਂ ਵਾਂਗ ਹੋ ਜਾਵੇਗਾ, ਜਦ ਤੱਕ ਵੰਸ਼ ਰਹੇਗੀ ਤਦ ਤੱਕ ਝੂਰਦਾ ਰਹੇਗਾ। ਸਾਡੇ ਵਾਸਤੇ ਯੋਗ ਹੈ ਕਿ ਇੱਕ ਵਾਰ ਮਨਾਈਏ, ਜਿਹੜਾ ਵੱਡਾ ਦੁਖੀ ਹੋ ਕੇ ਫਰਿਆਦਾਂ ਕਰਦਾ ਫਿਰਦਾ ਹੈ। ਆਪਣੇ ਪਿਤਾ ਪਿਤਾਮਿਆਂ ਦੀ ਨਗਰੀ ਛੱਡ ਕੇ ਚਲੇ ਗਏ ਹਨ ਅਤੇ ਪਿਆਰ ਤੋੜ ਕੇ ਨਿੰਦਿਆ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਕਹਿ ਕੇ ਕਈ ਸਿੱਖਾਂ ਨੂੰ ਨਾਲ ਲਿਆ, ਧੀਰਜਵਾਨ ਅਤੇ ਪਰਮ ਚਤੁਰ ਗੁਰੂ ਜੀ ਚਲੇ ਗਏ। ਅੱਗੇ ਮਿਹਰਬਾਨ ਵੀ ਬੜਾ ਘਮੰਡੀ ਸੀ, ਆਪਣੇ ਆਪ ਨੂੰ ਗੁਰਗੱਦੀ 'ਤੇ ਬੈਠਿਆਂ ਜਾਣਦਾ ਸੀ। ਕਈ ਗਰੀਬ ਸਿੱਖ ਪਾਸ ਬਿਠਾਏ ਸਨ, ਆਪ ਪਲੰਘ ਉੱਤੇ ਉੱਚੀ ਥਾਂ 'ਤੇ ਬੈਠਾ ਸੀ। ਜਦ ਦੂਰ ਤੋਂ ਸ਼੍ਰੀ ਹਰਗੋਬਿੰਦ ਜੀ ਨੂੰ ਵੇਖਿਆ ਕਿ ਮੇਰੇ ਵੱਲ ਮਸਤ ਹਾਥੀ ਵਾਂਗ ਆ ਰਹੇ ਹਨ, ਸੁੰਦਰ ਵੱਡਾ ਡੀਲ ਡੌਲ ਹੈ ਅਤੇ ਪ੍ਰਸੰਨ ਚਿੱਤ ਹਨ, ਲੰਬੀਆਂ ਬਾਹਾਂ ਹਾਥੀ ਦੀ ਸੁੰਡ ਨੂੰ ਮਾਤ ਕਰਦੀਆਂ ਹਨ,
ਢਾਲ, ਤਲਵਾਰ ਅਤੇ ਤੀਰ ਕਮਾਨ ਪਹਿਨੇ ਹੋਏ ਹਨ। ਸੁੰਦਰ ਮੁਖੜਾ ਪੂਰਨਮਾਸ਼ੀ ਦੇ ਚੰਦ ਨੂੰ ਲੱਜਿਤ ਕਰਦਾ ਹੈ। ਰਾਜਿਆਂ ਵਾਲੇ ਚਿੰਨ੍ਹ ਸਾਰੇ ਸਰੀਰ ਉੱਤੇ ਧਾਰਨ ਕੀਤੇ ਹੋਏ ਸਨ। ਜਦ ਤੱਕ ਦੂਰ ਰਹੇ ਸਰੀਰ ਨੂੰ ਵੇਖਦਾ ਰਿਹਾ, ਜਦ ਪਾਸ ਆਏ ਤੇ ਮੁਖ ਦੂਸਰੇ ਪਾਸੇ ਕਰ ਲਿਆ। ਸੁੰਦਰ ਸ਼ੋਭਾ ਵੇਖ ਕੇ ਕਲੇਜੇ ਵਿੱਚ ਸੂਲ ਉੱਠਿਆ। ਆਪਣੇ ਗਰੀਬ ਸਿੱਖਾਂ ਨੂੰ ਪਹਿਲਾਂ ਹੀ ਸਿਖਾ ਲਿਆ ਸੀ, ਇਹਨਾਂ ਨੂੰ ਆਇਆ ਵੇਖ ਕੇ ਉੱਠਣਾ ਨਹੀਂ ਅਤੇ ਨਾ ਹੀ ਵੰਦਨਾ ਕਰਨੀ ਹੈ। ਆਦਰ ਵਾਸਤੇ ਕੋਈ ਵੀ ਨਾ ਬੋਲਣਾ, ਪਰ ਆਪ ਮੂਰਖ ਡਰਦਾ ਰਿਹਾ ਅਤੇ ਸਿਰ ਗਿੱਲਾ ਹੋ ਗਿਆ। ਮਿਹਰਬਾਨ ਨੂੰ ਵੰਦਨਾ ਕਰਕੇ ਦੁੱਖਾਂ ਨੂੰ ਦੂਰ ਕਰਨ ਵਾਲੇ ਗੁਰੂ ਜੀ ਬੈਠ ਗਏ। ਸਿੱਖ ਪਾਸੋਂ ਅੱਗੇ ਪ੍ਰਸ਼ਾਦ ਧਰਵਾਇਆ, ਪਰ ਉਹ ਚੁੱਪ ਰਿਹਾ ਜਿਵੇਂ ਬੋਲਣਾ ਨਾ ਆਉਂਦਾ ਹੋਵੇ। ਪਲੰਗ 'ਤੇ ਬੈਠਾ ਮਿਹਰਬਾਨ ਹੰਕਾਰ ਨਾਲ ਭਰ ਗਿਆ। ਖਿਮਾ ਦੇ ਖਜ਼ਾਨੇ ਭਾਵ ਸ਼੍ਰੀ ਗੁਰੂ ਹਰਗੋਬਿੰਦ ਜੀ ਇਹ ਵੇਖ ਕੇ ਥੱਲੇ ਬੈਠ ਗਏ। ਭਾਈ ਬਿਧੀ ਚੰਦ ਇਹ ਵੇਖ ਕੇ ਸਹਿ ਨਾ ਸਕਿਆ ਅਤੇ ਕਿਹਾ, ਇਸਨੇ ਯੋਗ ਯੋਗ ਨਹੀਂ ਸਮਝਿਆ ਹੈ, ਪਲੰਗ 'ਤੇ ਚੜ੍ਹ ਕੇ ਬੈਠ ਰਿਹਾ ਹੈ, ਕਿਉਂ ਥੱਲੇ ਨਹੀਂ ਉਤਰਿਆ ਹੈ? ਆਪਣੇ ਆਪ ਨੂੰ ਸਾਰੇ ਜਗਤ ਵਿੱਚ ਸਭ ਤੋਂ ਵੱਡਾ ਸਮਝਦਾ ਹੈ। ਗੁਰੂ ਜੀ ਪੀਰਾਂ ਦੇ ਪੀਰ, ਬਾਦਸ਼ਾਹਾਂ ਦੇ ਬਾਦਸ਼ਾਹ ਹਨ, ਆਪ ਜੀ ਨਾਲੋਂ ਕੋਈ ਵੀ ਉੱਚਾ ਨਹੀਂ ਹੈ। ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤੇ, ਸਾਡੇ ਪਿਤਾ ਜੀ ਨਾਲੋਂ ਇਹਨਾਂ ਦੇ ਪਿਤਾ ਜੀ ਵੱਡੇ ਸਨ ਅਤੇ ਉਮਰ ਵਿੱਚ ਇਹ ਵੀ ਮੈਥੋਂ ਵੱਡੇ ਹਨ। ਅਸੀਂ ਪਿੱਛੋਂ ਜਨਮ ਧਾਰਿਆ ਹੈ, ਇਸ ਲਈ ਛੋਟੇ ਹਾਂ। ਇਸ ਨੂੰ ਉੱਚਾ ਰਹਿਣਾ ਹੀ ਉਚਿਤ ਹੈ, ਕਿਉਂਕਿ ਇਹ ਵੱਡਾ ਭਰਾ ਹੈ, ਸਾਡਾ ਥੱਲੇ ਬੈਠਣਾ ਹੀ ਬਣਦਾ ਹੈ। ਗੁਰੂ ਜੀ ਦੇ ਬਚਨ ਸੁਣ ਚੁੱਪ ਧਾਰ ਛੱਡੀ। ਦੁਖੀ ਹੋਏ ਸਿੱਖ ਬੇਅਦਬੀ ਨਹੀਂ ਸੀ ਬਰਦਾਸ਼ਤ ਕਰ ਸਕਦੇ। ਜਦ ਕਾਫੀ ਦੇਰ ਤੱਕ ਨਾ ਬੋਲਿਆ ਤਾਂ ਗੁਰੂ ਜੀ ਨੇ ਕੋਮਲ ਮਿੱਠੇ ਬਚਨ ਕਹੇ, ਗੁੱਸਾ ਛੱਡ ਕੇ ਮੂੰਹ ਸਾਹਮਣੇ ਕਰੋ, ਮੇਰੇ ਨਾਲ ਸੁੱਖ ਦੇ ਸ਼ਬਦ ਕਹੋ। ਤੁਸੀਂ ਕਿਉਂ ਪੁਕਾਰ ਕਰਦੇ ਫਿਰਦੇ ਹੋ? ਅੰਮ੍ਰਿਤਸਰ ਆ ਕੇ ਵਸੋ ਅਤੇ ਨਗਰ ਵਿੱਚ ਰਹੋ। ਘਰ, ਧਨ, ਭੂਮੀ ਅਤੇ ਪਦਾਰਥ ਜੋ ਵੀ ਕਹੋਗੇ ਅਸੀਂ ਤੁਹਾਨੂੰ ਉਹ ਦੇ ਦੇਵਾਂਗੇ। ਤੁਰਕਾਂ ਅੱਗੇ ਜਾ ਕੇ ਦੀਨ ਕਿਉਂ ਬਣਦੇ ਹੋ? ਸਾਡੀ ਤੁਹਾਡੀ ਇੱਕੋ ਲਾਜ ਹੈ। ਗੁਰੂ ਜੀ ਨੇ ਸਾਰੇ ਪਦਾਰਥ ਦਿੱਤੇ ਹਨ, ਕਿਉਂ ਨਹੀਂ ਆ ਕੇ ਮਿਲਦੇ ਹੋ ਅਤੇ ਸਾਰੇ ਸੁੱਖ ਪ੍ਰਾਪਤ ਨਹੀਂ ਕਰਦੇ? ਇੱਕ ਤਾਂ ਜਗਤ ਵਿੱਚ ਨਿੰਦਿਆ ਪਾਉਂਦੇ ਹੋ, ਦੂਸਰਾ ਸਾਡੇ ਨਾਲ ਵੈਰ ਵਧਾਉਂਦੇ ਹੋ, ਫਿਰ ਵੀ ਤੁਹਾਡੇ ਹੱਥ ਕੁਛ ਨਾ ਆਇਆ। ਆਪਣੇ ਪਿਤਾ ਆਦਿ ਤੋਂ ਵਿਚਾਰ ਕੇ ਵੇਖ ਲਓ, ਇਸ ਤਰ੍ਹਾਂ ਹੀ ਬਹੁਤ ਸਮਾਂ ਬੀਤ ਗਿਆ ਹੈ, ਹਮੇਸ਼ਾ ਵੈਰ ਹੀ ਵਧਾਉਂਦੇ ਰਹੇ ਹੋ। ਇਸ ਵਿੱਚ ਬਹੁਤ ਔਗਣ ਹਨ, ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖ ਲਓ। ਇਹ ਸੁਣ ਕੇ ਮਿਹਰਬਾਨ ਬੋਲਿਆ, ਸਾਡਾ ਤੁਹਾਡਾ ਕਿਵੇਂ ਵੀ ਮੇਲ ਨਹੀਂ ਹੋ ਸਕਦਾ। ਤੁਸੀਂ ਵੀ ਤਦ ਤੱਕ ਸੱਚ ਕਹਿੰਦੇ ਹੋ ਜਦ ਤੱਕ ਤੁਹਾਡੇ ਦਿਲ ਨੂੰ ਕੋਈ ਵੀ ਦੁੱਖ ਨਹੀਂ ਪਹੁੰਚਦਾ। ਸੁੱਖ ਦੀ ਨੀਂਦ ਸੌਂਦੇ ਹੋ, ਕਿਸੇ ਗੱਲ ਦੀ ਵੀ ਚਿੰਤਾ ਨਹੀਂ ਹੈ। ਸਾਡੇ ਪਿਤਾ ਪਾਸੋਂ ਕੁਝ ਵੀ ਨਾ ਬਣ ਸਕਿਆ ਹੈ। ਜਦ ਉਹਨਾਂ ਦਾ ਅੰਤ ਸਮਾਂ ਆਇਆ ਤਾਂ ਉਹਨਾਂ ਨੇ ਮੈਨੂੰ ਕਹਿ ਭੇਜਿਆ, ਹੇ ਪੁੱਤਰ, ਸਾਰਾ ਬਿਰਤਾਂਤ ਜਾਣੋ, ਜਿਵੇਂ ਕਿਵੇਂ ਮੇਰਾ ਬਦਲਾ ਲਵੋ, ਸਾਰੇ ਜਗਤ ਵਿੱਚ ਆਪਣੀ ਬੁਰਿਆਈ ਸਮਝੋ। ਪੁੱਤਰ ਅਤੇ ਪਿਤਾ ਨੂੰ ਕਹਿ ਕੇ ਕੈਦ ਕਰਵਾਓ ਅਤੇ ਉਪਾਅ ਕਰਕੇ ਪ੍ਰਾਣ ਨਾਸ਼ ਕਰਾਵੋ। ਆਪਣੇ ਪਿਤਾਮੇ ਦੀ ਸਾਰੀ ਵਸਤੂ ਲਵੋ, ਤਦ ਹੀ ਤੂੰ ਸੁਖਕਾਰੀ ਸਪੁੱਤਰ ਹੋਵੇਂਗਾ। ਪ੍ਰਾਣ ਚਲੇ ਜਾਣ ਤੱਕ ਕਦੀ ਵੀ ਉਹਨਾਂ ਨੂੰ ਨਾ ਮਿਲਣਾ, ਉਹ ਉਪਦੇਸ਼ ਸਾਰੀ ਉਮਰ ਧਾਰਨ ਕਰਨਾ। ਹੁਣ ਮੈਂ ਉਪਾਅ ਕਰਨ ਲੱਗਾ ਹਾਂ, ਤੁਹਾਨੂੰ ਅੰਮ੍ਰਿਤਸਰ ਵਿੱਚੋਂ ਕਢਾਵਾਂਗਾ। ਕੈਦ ਵਿੱਚ ਪਵੋ ਜਾਂ ਭੱਜ ਜਾਓ, ਤਦ ਹੀ ਸਪੁੱਤਰ ਅਖਵਾਉਣਾ ਮੈਨੂੰ ਬਣਦਾ ਹੈ। ਮੇਰੇ ਪਿਤਾ ਜੀ ਪੂਰਨ ਮਹਾਂਪੁਰਖ ਸਨ, ਜਿਹੜੇ ਵੀ ਉਹ ਗੱਲ ਕਹਿੰਦੇ ਸਨ ਉਹ ਸੱਚੀ ਹੁੰਦੀ ਸੀ। ਅੰਤ ਸਮੇਂ ਉਹਨਾਂ ਨੇ ਜਿਵੇਂ ਉਚਾਰਨ ਕੀਤਾ, ਮੈਂ ਸ਼ੁਭ ਮੰਨ ਕੇ ਅੰਗੀਕਾਰ ਕੀਤਾ ਹੈ, ਤੁਸੀਂ ਪਿਓ ਪੁੱਤਰ ਨੇ ਲਾਜ ਧਾਰਨ ਨਹੀਂ ਕੀਤੀ ਹੈ, ਮੇਲ ਕਰਨ ਬਾਰੇ ਬਹੁਤ ਵਾਰ ਕਿਹਾ ਹੈ। ਸਾਡੇ ਪਿਤਾਮੇ ਦੀ ਸਾਰੀ ਨਗਰੀ ਖੋਹ ਲਈ ਹੈ ਅਤੇ ਵੱਡੇ ਚਤੁਰ ਗੁਰੂ ਕਹਾਉਣ ਲੱਗ ਗਏ ਹੋ, ਮੇਰੇ ਕਿਰਪਾਲੂ ਪਿਤਾ ਜੀ ਦਿਲ ਵਿੱਚ ਨਾ ਲਿਆਏ, ਨਹੀਂ ਤਾਂ ਸੁਲਹੀ ਨੂੰ ਫੜਾ ਦਿੰਦੇ। ਹੁਣ ਮੈਂ ਜਿਸ ਦਿਨ ਤੁਹਾਨੂੰ ਮਾਰ ਦੇਵਾਂਗਾ, ਚੰਗਾ ਮੇਲ ਉਸ ਦਿਨ ਹੀ ਹੋਵੇਗਾ। ਤੁਹਾਡਾ ਦਿਲ ਕਪਟੀ ਹੈ, ਪਰ ਬਾਹਰੋਂ ਬੜੇ ਮਿੱਠੇ ਹੋ, ਇਸ ਤਰ੍ਹਾਂ ਤੁਸੀਂ ਆਪਣੇ ਪਿਤਾ ਜੀ ਪਾਸੋਂ ਸਿੱਖਿਆ ਪਾਈ ਹੈ। ਇਹ ਸੁਣ ਕੇ ਸਿੱਖਾਂ ਨੂੰ ਬੜਾ ਗੁੱਸਾ ਆਇਆ, ਪੁੱਠੀ ਚਾਲ ਵਾਲਾ ਵੱਡੇ ਗੁਰੂ ਸਾਹਿਬ ਦੀ ਨਿੰਦਿਆ ਕਰ ਰਿਹਾ ਹੈ। ਭਾਈ ਜੇਠਾ ਜੀ ਅਤੇ ਭਾਈ ਪੁਰਾਣਾ ਜੀ ਝਗੜਾ ਕਰਨ ਵਾਸਤੇ ਉੱਠ ਪਏ, ਜੇ ਲੜ ਪਵੇ ਤਾਂ ਇਸ ਨੂੰ ਫੜ ਲਵਾਂਗੇ, ਇਸ ਨੂੰ ਸਵਾਰ ਕੇ ਚੰਗੀ ਸਿੱਖਿਆ ਦੇਵਾਂਗੇ। ਜਦ ਕੁਝ ਬੋਲਣ ਲੱਗੇ ਤਾਂ ਉਹਨਾਂ ਦੇ ਸ਼ਬਦ ਕ੍ਰੋਧ ਨਾਲ ਭਰੇ ਹੋਏ ਸਨ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਉਹਨਾਂ ਨੂੰ ਹਟਾਇਆ, ਅਸੀਂ ਇਸ ਦੇ ਡੇਰੇ ਚੱਲ ਕੇ ਆਏ ਹਾਂ, ਖੁਸ਼ ਕਰਨ ਵਾਸਤੇ ਆਏ ਹਾਂ ਜਾਂ ਗੁੱਸੇ ਹੋਣ ਵਾਸਤੇ? ਤੁਸੀਂ ਕੁਛ ਵੀ ਨਾ ਬੋਲੋ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਰੋਕਿਆ
ਤੇ ਆਪ ਉਸ ਦੇ ਚਰਨ ਫੜ ਲਏ ਤੇ ਕਿਹਾ, ਹੇ ਭਾਈ ਸਾਹਿਬ, ਤੁਸੀਂ ਉਮਰ ਵਿੱਚ ਵੱਡੇ ਹੋ, ਅਸੀਂ ਤੁਹਾਡੇ ਮੁਖ ਸਾਹਮਣੇ ਕੋਈ ਉੱਤਰ ਨਹੀਂ ਦੇ ਸਕਦੇ। ਫਿਰ ਵੀ ਵਿਚਾਰ ਕਰਨਾ ਅਤੇ ਗੁੱਸੇ ਨੂੰ ਛੱਡੋ। ਕ੍ਰੋਧ ਕਰਕੇ ਮਨੁੱਖ ਅਕਲ ਰਹਿਤ ਹੋ ਜਾਂਦਾ ਹੈ। ਕ੍ਰੋਧ ਕਲਾ ਅਤੇ ਲੜਾਈ ਦੀ ਜੜ੍ਹ ਹੈ। ਕ੍ਰੋਧ ਧਰਮ ਤੋਂ ਉਲਟ ਕਰ ਦਿੰਦਾ ਹੈ। ਕ੍ਰੋਧੀ ਆਦਮੀ ਨਰਕਾਂ ਵਿੱਚ ਜਾ ਕੇ ਪੈਂਦਾ ਹੈ। ਕ੍ਰੋਧੀ ਅੱਗੇ ਵੱਧ ਕੇ ਅਯੋਗ ਕੰਮ ਕਰਦਾ ਹੈ। ਨਗਰ ਵਿੱਚ ਆ ਕੇ ਆਪਣਾ ਘਰ ਲੈ ਲਓ, ਹੋਰ ਕਿਸੇ ਵਸਤੂ ਦੀ ਲੋੜ ਹੈ ਤਾਂ ਉਹ ਵੀ ਕਹਿ ਦਿਓ। ਗੁੱਸੇ ਦਾ ਕਾਰਨ ਦੱਸ ਦਿਓ, ਉਸ ਤੋਂ ਅਸੀਂ ਹਟ ਜਾਈਏ ਅਤੇ ਤੁਹਾਨੂੰ ਪ੍ਰਸੰਨ ਕਰੀਏ। ਪਿਛਲੀ ਗੱਲ ਹਿਰਦੇ ਵਿੱਚ ਨਾ ਵਿਚਾਰੋ, ਜਿਵੇਂ ਵੀ ਮਨ ਵਿੱਚ ਸ਼ਾਂਤੀ ਆਵੇ ਉਸ ਤਰ੍ਹਾਂ ਹੀ ਨਿਰਧਾਰਤ ਕਰੋ। ਇਹ ਸੁਣ ਕੇ ਮਿਹਰਵਾਨ ਨੇ ਸਿੱਖਾਂ ਦੇ ਕੌੜੇ ਨੈਣਾਂ ਨੂੰ ਤਾੜਿਆ ਅਤੇ ਮਿਹਰਵਾਨ ਨੇ ਬਹੁਤ ਗੁੱਸੇ ਵਿੱਚ ਆ ਕੇ ਕਿਹਾ, ਉੱਠ ਕੇ ਕਿਉਂ ਨਹੀਂ ਜਾਂਦੇ ਹੋ? ਨਹੀਂ ਤਾਂ ਕੋਈ ਲੜਾਈ ਹੋ ਜਾਵੇਗੀ। ਇਹ ਗਵਾਰ ਅੱਖਾਂ ਕੱਢ ਕੱਢ ਕੇ ਵੇਖ ਰਹੇ ਹਨ, ਦੁਬਾਰਾ ਨਾ ਮਿਲਣਾ, ਹੁਣ ਐਸੀ ਲੜਾਈ ਹੋ ਜਾਵੇਗੀ, ਰੁੰਡ ਮੁੰਡ ਪਏ ਧਰਤੀ 'ਤੇ ਦਿਖਾਈ ਦੇਵੋਗੇ। ਪਹਿਲਾਂ ਹੀ ਸਦਾ ਛਾਤੀ ਧੁਖਦੀ ਰਹਿੰਦੀ ਹੈ, ਹੁਣ ਬਲ ਪਵੇਗੀ ਅਤੇ ਸਭ ਨੂੰ ਦਿਸ ਪਵੇਗੀ। ਇਤਿਆਦ ਕਈ ਹੋਰ ਕਠੋਰ ਗੱਲਾਂ ਕੀਤੀਆਂ। ਫਿਰ ਮੁੱਖ 'ਤੇ ਅੱਖਾਂ ਲਾਲ ਹੋ ਗਈਆਂ ਅਤੇ ਲੜਨ ਦਾ ਤੌਰ ਹੋ ਗਿਆ। ਤਲਵਾਰ ਦੀ ਮੁੱਠੀ 'ਤੇ ਹੱਥ ਧਰ ਕੇ ਗੁਰੂ ਜੀ ਨੂੰ ਆਪਣੀ ਵੀਰਤਾ ਵਿਖਾਉਣ ਲੱਗਾ। ਧਰਮ ਦਾ ਵੱਡਾ ਭਾਰ ਚੁੱਕਣ ਵਾਲੇ, ਧੀਰਜ ਧਾਰਨ ਵਾਲੇ, ਖਿਮਾ ਦੇ ਖਜ਼ਾਨੇ ਗੁਰੂ ਜੀ ਨੇ ਵਿਚਾਰ ਕੀਤੀ ਅਤੇ ਕਹਿਣ ਲੱਗੇ, ਅਸੀਂ ਤਾਂ ਚਿੱਤ ਵਿੱਚ ਇਹ ਚਾਹੁੰਦੇ ਹਾਂ ਕਿ ਗੁਰੂ ਜੀ ਦੀ ਕੁੱਲ ਇੱਕ ਸਮਾਨ ਰਹੇ। ਜੇ ਕਿਸੇ ਦੀ ਇਸ ਤਰ੍ਹਾਂ ਕਿਸਮਤ ਹੀ ਖੋਟੀ ਹੋਵੇ ਫਿਰ ਕਿਸੇ ਦਾ ਕਿਵੇਂ ਵਸ ਚੱਲ ਸਕਦਾ ਹੈ? ਗੁਰੂ ਜੀ ਦਾ ਸਰਾਪ ਸੱਚਾ ਹੋਵੇਗਾ ਪਿਤਾ ਸਮੇਤ, ਜਿਵੇਂ ਤੁਸੀਂ ਚਿੰਤਾ ਵਿੱਚ ਗਰਕ ਹੋਏ ਹੋ। ਭਾਵ ਤੁਹਾਡਾ ਬੰਸ ਹਮੇਸ਼ਾ ਚਿੰਤਾ ਵਿੱਚ ਗਲਤਾਨ ਰਹੇਗਾ। ਦੂਸਰਿਆਂ ਦਾ ਪ੍ਰਤਾਪ ਵੇਖ ਕੇ ਦਿਲ ਵਿੱਚ ਸੜਦੇ ਰਹੋਗੇ। ਜਿਨ੍ਹਾਂ ਨੂੰ ਹੁਣ ਬਚਨ ਕਰਕੇ ਗਵਾਰ ਕਿਹਾ ਹੈ, ਤੁਹਾਡੀ ਕੁੱਲ ਇਹਨਾਂ ਸਿੱਖਾਂ ਦੀ ਆਗਿਆ ਵਿੱਚ ਰਹੇਗੀ। ਇਹਨਾਂ ਦੀ ਪਹੁਲ ਲੈ ਕੇ ਸੁੱਖ ਪਾਉਣਗੇ, ਇਹਨਾਂ ਦੇ ਨੌਕਰ ਹੋ ਕੇ ਆਪਣਾ ਜੀਵਨ ਨਿਰਵਾਹ ਚਲਾਉਣਗੇ, ਦੀਨ ਬਣ ਬਣ ਕੇ ਇਹਨਾਂ ਦੇ ਨਾਲ ਮਿਲਣਗੇ ਅਤੇ ਘਰ ਘਰ ਮੰਗ ਕੇ ਅਨਾਦਰ ਪਾਉਣਗੇ। ਸਾਡੇ ਮਨਾਇਆ ਮੇਲ ਨਹੀਂ ਕੀਤਾ ਹੈ, ਭਵਿੱਖ ਵਿੱਚ ਅਜਿਹੀ ਖੇਡ ਹੋਵੇਗੀ। ਜਦ ਤੁਸੀਂ ਗੁਰੂ ਘਰ ਨਾਲ ਮਿਲਣਾ ਚਾਹੋਗੇ, ਸਿੱਖ ਹਟਾਉਣਗੇ ਅਤੇ ਸਾਰੇ ਨਹੀਂ ਮਿਲ ਸਕੋਗੇ। ਨੌਕਰ ਬਣੋ ਜਾਂ ਪਹਲ ਲਵੋ, ਜਦ ਇਹ ਸਿੱਖ ਧੰਨ ਦੇਣਗੇ। ਇਸ ਤਰ੍ਹਾਂ ਬਚਨ ਕਰਕੇ ਗੁਰੂ ਜੀ ਉੱਠ ਪਏ, ਜਿਨ੍ਹਾਂ ਦੇ ਅੰਗ ਸੁੰਦਰ ਸੁਹਾਵਣੇ ਲੱਗ ਰਹੇ ਸਨ। ਬਹੁਤ ਵੱਧ ਘੱਟ ਬੋਲਦਾ ਰਿਹਾ, ਪਰ ਫਿਰ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ। ਜਿਹੜੇ ਨਿਉਂਦੇ ਹਨ ਉਹ ਵੱਡੀ ਵਡਿਆਈ ਪਾਉਂਦੇ ਹਨ, ਜਿਵੇਂ ਫਲਦਾਰ ਦਰਖਤ ਦੀਆਂ ਟਾਹਣੀਆਂ ਝੁੱਕ ਜਾਂਦੀਆਂ ਹਨ। ਵਾਂਸ ਦਾ ਦਰਖਤ ਬਹੁਤ ਉੱਚਾ ਵੱਧ ਕੇ ਆਪਣਾ ਸਿਰ ਉੱਚਾ ਰੱਖਦਾ ਹੈ, ਪਰ ਖਿਣ ਵਿੱਚ ਸੜ ਬਲ ਕੇ ਸਵਾਹ ਹੋ ਜਾਂਦਾ ਹੈ। ਜਿਵੇਂ ਵੱਡੇ ਪਹਾੜ ਦੇ ਸਿਰ 'ਤੇ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਕੱਖ ਲੇਟਦੇ ਹਨ, ਜਿਵੇਂ ਤੁਛ ਬੱਕਰਾ ਹਾਥੀ ਉੱਤੇ ਚੜ੍ਹ ਜਾਵੇ ਤਾਂ ਹਾਥੀ ਨਾ ਘਟਦਾ ਹੈ ਅਤੇ ਨਾ ਹੀ ਵੱਧਦਾ ਹੈ, ਤਿਵੇਂ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਵੰਦਨਾ ਕੀਤੀ। ਇਸ ਤਰ੍ਹਾਂ ਨਾਲ ਗੁਰੂ ਪੁੱਤਰ ਦੀ ਕਿਸੇ ਪ੍ਰਕਾਰ ਵੀ ਕੋਈ ਮਹਿਮਾ ਨਾ ਘਟੀ। ਸਹਿ ਸੁਭਾਅ ਹੌਲੀ ਹੌਲੀ ਚੱਲ ਕੇ ਆਪਣੇ ਨਿੱਜੀ ਸਥਾਨ 'ਤੇ ਆ ਵਿਰਾਜੇ। ਮਿਹਰਵਾਨ ਦੇ ਘਟੀਆਪਨ ਬਾਰੇ ਸੋਚ ਰਹੇ ਸਨ, ਪਹਿਲੀ ਵਾਰ ਮਿਲ ਕੇ ਹੀ ਸੁਭਾਅ ਵੇਖ ਲਿਆ ਹੈ। ਜਿਵੇਂ ਮਿਹਰਬਾਨ ਨੂੰ ਉਸਦੇ ਪਿਓ ਨੇ ਪੱਟੀ ਪੜ੍ਹਾਈ ਸੀ ਅਤੇ ਈਰਖਾ ਕਰਨ ਦੀ ਚਾਤਰਤਾ ਹੀ ਸਿਖਾਈ ਸੀ, ਉਸੇ ਤਰ੍ਹਾਂ ਬੋਲਦਾ ਸੀ ਅਤੇ ਕਪਟ ਕਰਨ ਵਿੱਚ ਉਸਦੀ ਬੁੱਧੀ ਬਹੁਤ ਤੇਜ਼ ਸੀ। ਬਾਅਦ ਵਿੱਚ ਮਿਹਰਬਾਨ ਬਹੁਤ ਖੁਸ਼ ਹੋਇਆ, ਜਿਵੇਂ ਘੁਮੰਡ ਪੰਘੂੜੇ ਵਿੱਚ ਚੜ੍ਹ ਕੇ ਝੂਟੇ ਲੈ ਰਿਹਾ ਹੋਵੇ। ਆਪਣੇ ਸਿੱਖਾਂ ਨੂੰ ਆਪਣੀ ਮਹਿਮਾ ਸੁਣਾਉਣ ਲੱਗਾ, ਸਾਨੂੰ ਵੰਦਨਾ ਕਰਦੇ ਹਨ, ਅਜਿਹੇ ਇਹ ਗੁਰੂ ਹਨ। ਮਸੰਦਾਂ ਨੂੰ ਰਿਸ਼ਵਤ ਦੇ ਕੇ ਇਹ ਵੱਡੇ ਗੁਰੂ ਬਣ ਬੈਠੇ ਹਨ, ਪਰ ਸਾਡੇ ਅੱਗੇ ਆ ਕੇ ਸਾਡੇ ਚਰਨਾਂ 'ਤੇ ਨਮਸਕਾਰ ਕਰਦੇ ਹਨ। ਸਾਰੇ ਸਿੱਖ ਇਹ ਮਹਿਮਾ ਨਹੀਂ ਸਮਝਦੇ ਹਨ, ਜਿਹੜੇ ਸਮਝਦੇ ਹਨ ਉਹ ਸਾਡੇ ਪਾਸ ਆਉਂਦੇ ਹਨ, ਵੇਖਾ ਵੇਖੀ ਉਹਨਾਂ ਦੇ ਪਾਸ ਚਲੇ ਜਾਂਦੇ ਹਨ, ਮੇਲ ਕਰਨਾ ਚਾਹੁੰਦੇ ਹਨ, ਇਸ ਲਈ ਇੱਥੇ ਆਏ ਸੀ, ਕਿਤੇ ਗੱਲ ਨਾ ਵਿਗੜ ਜਾਵੇ, ਇਹ ਸਮਝਦੇ ਸੀ। ਸ਼ਾਹਜਹਾਂ ਨਾਲ ਸਾਡਾ ਮੇਲ ਹੈ, ਕਿਸੇ ਪਾਸੋਂ ਅਜਿਹਾ ਸੁਣਿਆ ਹੈ, ਇਸ ਲਈ ਦਿਲ ਵਿੱਚ ਡਰ ਮੰਨਿਆ ਹੈ। ਅਸੀਂ ਕੀ ਅਣਜਾਣ ਹਾਂ, ਜੇ ਸ਼ੁਭ ਗੱਲ ਬਣਦੀ ਹੋਵੇ ਤਾਂ ਆ ਕੇ ਕਰਾਂਗਾ। ਬਾਦਸ਼ਾਹ ਦਾ ਪੁੱਤਰ ਮੇਰਾ ਕੰਮ ਬਣਾ ਦੇਵੇਗਾ, ਜਦ ਆਪਣੇ ਪਿਤਾ ਪਾਸ ਕਹੇਗਾ ਤਾਂ ਤੁਰੰਤ ਗੱਲ ਬਣ ਜਾਏਗੀ, ਜਾਂ ਆਪ ਹੀ ਬਣਾ ਦੇਵੇਗਾ। ਫਿਰ ਹਰਗੋਬਿੰਦ ਜੀ ਨੂੰ ਬਹੁਤ ਡਰ ਉਪਜਾਏਗਾ, ਸ਼ਰੀਕ ਦੇ ਕਹਿਣ 'ਤੇ ਮੈਂ ਨਗਰ ਵਿੱਚ ਕਿਵੇਂ ਜਾਵਾਂਗਾ, ਇਸ ਤਰ੍ਹਾਂ ਚੰਗੀ ਗੱਲ ਨਹੀਂ ਬਣਦੀ ਹੈ,
मैं अपने जोर नाल सब कुछ लवांगा, अपने पितामे दा घर लै के सुख पावांगा। यह सुन के सेवक हाथ जोड़ के कहन लगे, तुसी सतगुरु जी दे महान पुत्र हो, सारियां अवस्था दे अधिकारी हो, सारी खलकत यह जानती है। इत्याद कह कह के खुश हो रहे सन। यह समझते सन कि गुरता साढ़े घर आ जाएगी। दिन प्रत बहुत कुटलता धारण करते सन, पर सतगुरु जी की आग्ञा अनुसार ना होए। सो साध संगत जी, इत्थे पंजवीं रास का चौदवा अध्याय समाप्त होंदा है जी। प्रसंग सुनाउंदे होए होईयां अनेक भुला चुकां की खिमा करनी जी। वाहिगुरु जी का खालसा, वाहिगुरु जी की फतेह।